ਸਾਰੇ ਵਧੀਆ ਜੀ ਜਿੰਨੇ ਵੀ ਆਪਣੇ ਜਾਫੀ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਬਾਕੀ ਕਬੱਡੀ ਖੇਡੀ ਇਦਾਂ ਜਿਹੜੇ ਡਰ ਅੱਗੇ ਫਿਰ ਨਹੀਂ ਖੇਡ ਸਕਦੇ ਜੀ ਹਾਂਜੀ ਵਧੀਆ ਬਸ ਇਹੀ ਕਹਿਣਾ ਚਾਹੁੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਸਾਰੇ ਅਤੇ ਆਪਣੀ ਪ੍ਰੈਕਟਿਸ ਕਰੋ ਅਤੇ ਵਧੀਆ ਆਪਣੀ ਗੇਮ ਖੇਡੋ ਜੀ ਕਬੱਡੀ ਦਾ ਚਮਕਦਾ ਸਿਤਾਰਾ ਆਰਸ਼ ਚੋਲਾ ਸਾਹਿਬ ਜਿਹਨੂੰ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਹੀ ਪਹਿਚਾਣ ਹੈ ਅਰਸ਼ ਜੀ ਸਵਾਗਤ ਹੈ ਤੁਹਾਡਾ ਇਹਨਾਂ ਦੀ ਥੈਂਕ ਯੂ ਭਾਜੀ ਤੁਹਾਡਾ ਤੇ ਜਿਹੜੇ ਦਰਸ਼ਕ ਵੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਦੋਂ ਤੁਸੀਂ ਮੈਦਾਨ ਦੇ ਵਿੱਚ ਰੇਡ ਵਾਸਤੇ ਉਤਰਦੇ ਸੀਗੇ ਤਾਂ ਇਸ ਤਰ੍ਹਾਂ ਲੱਗ ਨਹੀਂ ਰਹੀ ਸੀ ਕਿ ਸਾਹਮਣੇ ਟੀਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਵੇ ਜਿਹੜਾ ਇਸ ਰੇਡਰ ਨੂੰ ਜਾਫਾ ਪਾ ਸਕੇ ਹਿੰਮਤ ਕਰ ਸਕੇ ਤੁਹਾਡੇ ਵੱਲ ਵਧਣ ਦੀ ਔਰ ਇਹਦੇ ਪਿੱਛੇ ਕੀ ਲੱਗਦੇ ਸੀ ਵਿਰੋਧੀ ਧਿਰਾਂ ਜਿਹੜੀਆਂ ਸੀ ਜਾਂ ਵਿਰੋਧੀ ਟੀਮ ਸੀ ਅੱਜ ਜੋ ਸੈਕਿੰਡ ਨੰਬਰ 'ਤੇ ਆਈ ਕੈਨੇਡਾ ਦੀ ਟੀਮ ਉਹਦੇ ਵਿੱਚ ਤੁਹਾਡੇ ਮੁਕਾਬਲੇ ਦਾ ਕੋਈ ਪਲੇਅਰ ਨਹੀਂ ਸੀ ਜਾਂ ਉਹਨਾਂ ਨੂੰ ਦਾ ਪੇਜ ਪੂਰੇ ਨਹੀਂ ਜਾਂ ਤਜਰਬਾ ਘੱਟ ਸੀ ਦੇਖੋ ਜਿਵੇਂ ਉਹ ਸਾਰੇ ਨਿਊ ਪਲੇਅਰ ਸੀ ਇਹਦੇ ਯੰਗ ਆ ਸਾਰੇ ਮੁੰਡੇ ਅਤੇ ਐਕਸਪੀਰੀਅੰਸ ਘੱਟ ਆ ਉਹਨਾਂ ਨੂੰ ਥੋੜ੍ਹਾ ਆਪਣੇ ਜਿਵੇਂ ਸਾਰੇ ਤਜਰਬੇ ਵਾਲੇ ਪਲੇਅਰ ਆ ਅਤੇ ਸੀਨੀਅਰ ਪਲੇਅਰ ਸਾਰੇ ਆਪਣੀ ਟੀਮ ਦੇ ਵਿੱਚ ਉਹਦਾ ਕਰਕੇ ਥੋੜ੍ਹਾ ਫਰਕ ਹੈਗਾ ਅਤੇ ਅੱਛਾ ਅਰਸ਼ ਜੀ ਇਹ ਜੋ ਮੈਚ ਅੱਜ ਦਾ ਸੀਗਾ ਇਸ ਮੈਚ ਨੂੰ ਮੈਂ ਦੇਖ ਰਿਹਾ ਤੁਸੀਂ ਬੜਾ ਇੰਜੋਏ ਕਰ ਰਹੇ ਸੀਗੇ ਤੁਹਾਨੂੰ ਇੱਦਾਂ ਲੱਗ ਰਿਹਾ ਸੀ ਜਿੱਦਾਂ ਕਿਸੇ ਨਾਲ ਅਸੀਂ ਬੱਚਿਆਂ ਨਾਲ ਖੇਡਦੇ ਹਾਂ ਕਿ ਜਿੱਦਾਂ ਉਹਨਾਂ ਨੂੰ ਕੋਈ ਟ੍ਰੇਨਿੰਗ ਦੇ ਰਹੇ ਹਾਂ ਕਿ ਅੱਜ ਇੱਦਾਂ ਹੋ ਰਿਹਾ ਸੀ ਕੈਨੇਡਾ ਦੀ ਟੀਮ ਨੂੰ ਇੰਡੀਆ ਦੀ ਟੀਮ ਟ੍ਰੇਨਿੰਗ ਦੇ ਰਹੀ ਸੀ ਨਹੀਂ ਇੱਦਾਂ ਤਾਂ ਕੋਈ ਚੱਕਰ ਨਹੀਂ ਵੈਸੇ ਜਿਵੇਂ ਮੈਚ ਦੇ ਪਹਿਲੇ 10 ਮਿੰਟ ਤੱਕ ਪੂਰਾ ਆਪਣਾ ਜ਼ੋਰ ਲਾ ਕੇ ਖੇਡੇ ਸੀ ਸਾਰੇ ਸਟਾਪ ਕੀਤੇ ਫਿਰ ਪੁਆਇੰਟਾਂ ਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਸੀ ਅਤੇ ਉਹਦਾ ਕਰਕੇ ਫਿਰ ਵੀ ਥੋੜ੍ਹਾ ਮੈਚ ਆਪਣੇ ਵਿਜੇ ਨਾਲ ਦੇ ਮੁੰਡੇ ਉਹ ਵੀ ਇਹਨਾਂ ਨੂੰ ਵੀ ਮੌਕਾ ਦਿੱਤਾ ਨਾਲ ਵੀ ਥੋੜ੍ਹਾ ਮੈਚ ਸਹੀ ਰਵੇ ਵੀ ਲੋਕਾਂ ਨੂੰ ਵੀ ਮਜ਼ਾ ਆਵੇ ਜਿਹੜਾ ਦੇਖਣ ਦਾ ਠੀਕ ਹੈ ਜੀ ਅਰਸ਼ ਜੀ ਅਕਸਰ ਸਾਡੇ ਦਰਸ਼ਕ ਸਵਾਲ ਕਰਦੇ ਨੇ ਕਿ ਅਰਸ਼ ਜੀ ਹੋਣਾ ਬਾਰੇ ਪੁੱਛੋ ਕਿ ਅਰਸ਼ ਜੀ ਇਸ ਲਾਈਨ 'ਚ ਜਾਂ ਕਬੱਡੀ ਦੀ ਖੇਡ ਤੁਸੀਂ ਕਦੋਂ ਤੋਂ ਇਸ ਲਾਈਨ 'ਚ ਆਏ ਕਬੱਡੀ ਕਦੋਂ ਤੋਂ ਤੁਸੀਂ ਸ਼ੁਰੂ ਕੀਤੀ ਔਰ ਕਬੱਡੀ ਦੇ ਪ੍ਰਤੀ ਪਿਆਰ ਪਹਿਲਾ ਮੈਚ ਕਦੋਂ ਖੇਡਿਆ ਹਾਂਜੀ ਮੈਂ 2011 ਦੇ ਵਿੱਚ ਕਬੱਡੀ ਸਟਾਰਟ ਕੀਤੀ ਸੀ ਜਦੋਂ ਮੇਰਾ ਬ੍ਰਦਰ ਸੁਖਮਨ ਚੋਲਾ ਸਾਹਿਬ 2010 ਦੇ ਵਿੱਚ ਖੇਡ ਕੇ ਆਇਆ ਸੀਗਾ ਫੋਰਨ ਤੋਂ ਉਸ ਤੋਂ ਬਾਅਦ ਉਹਦੇ ਨਾਲ ਦੇਖ ਕੇ ਮੈਂ ਖੇਡਣਾ ਸ਼ੁਰੂ ਕੀਤਾ ਸੀਗਾ ਅਤੇ 7-8 ਸਾਲ ਹੋ ਗਏ ਮੈਨੂੰ ਇੰਟਰਨੈਸ਼ਨਲ ਲੈਵਲ 'ਤੇ ਖੇਡਦੇ ਨੂੰ ਅਤੇ ਬਾਕੀ ਯਾਦਗਾਰੀ ਮੈਚ ਬਹੁਤ ਜ਼ਿਆਦਾ ਹੋ ਚੁੱਕੇ ਆ ਵਾਹਿਗੁਰੂ ਦੀ ਕਿਰਪਾ ਨਾਲ ਜੀ ਬਿਲਕੁਲ ਯਾਦਗਾਰੀ ਮੈਚ ਤੁਹਾਡੇ ਹੋਣਗੇ ਪਰ ਅਰਸ਼ ਚੋਲਾ ਸਾਹਿਬ ਦੇ ਖਾਤੇ ਦੇ ਵਿੱਚ ਹੁਣ ਤੱਕ ਜਿੱਦਾਂ ਹਰ ਇੱਕ ਜਿਹੜਾ ਵੀ ਕਬੱਡੀ ਪਲੇਅਰ ਹੈ ਉਹਦੇ ਖਾਤੇ 'ਚ ਬੋਲਦੇ ਨੇ ਬੁਲਟ ਕਿੰਨੇ ਨੇ ਟਰੈਕਟਰ ਕਿੰਨੇ ਨੇ ਜੀਪਾਂ ਕਿੰਨੀਆਂ ਨੇ ਤੁਹਾਡੇ ਖਾਤੇ 'ਚ ਕਿੰਨੇ ਕੁ ਬੋਲਦੇ ਹਾਂਜੀ ਮੈਂ ਹੁਣ ਤੱਕ ਜੀ 26 ਮੋਟਰਸਾਈਕਲ ਜਿੱਤੇ ਜੀ ਅਤੇ ਬਾਕੀ ਨੁਗਰਾ ਘੋੜਾ ਵੀ ਜਿੱਤਿਆ ਸੀ ਬਾਕੀ ਕੈਸ਼ ਪ੍ਰਾਈਜ਼ LED ਸੋਨੇ ਦੀਆਂ ਮੁੰਦਰੀਆਂ ਕਾਫੀ ਜਿੱਤੀਆਂ ਅੱਛਾ ਅਰਸ਼ ਜੀ ਅਰਸ਼ ਚੋਲਾ ਸਾਹਿਬ ਦਾ ਜਦੋਂ ਜ਼ਿਕਰ ਆਉਂਦਾ ਤਾਂ ਕਹਿੰਦੇ ਕਿ ਇਹ ਨਹੀਂ ਕਿਸੇ ਜਾਫੀ ਕੋਲ ਡਰਦਾ ਪਰ ਕੋਈ ਐਸਾ ਜਾਫੀ ਤਾਂ ਹੋਏਗਾ ਪੂਰੇ ਚਾਹੇ ਪਾਕਿਸਤਾਨ ਦਾ ਹੋਵੇ ਚਾਹੇ ਕੋਈ ਹੋਵੇ ਕੋਈ ਜਾਫੀ ਜਿਹਨੂੰ ਵੇਖ ਕੇ ਡਰ ਲੱਗਦਾ ਹੋਵੇ ਕਿ ਨਹੀਂ ਇਹ ਜਾਫੀ ਅਗਰ ਆ ਗਿਆ ਤਾਂ ਮੇਰੇ ਵਾਸਤੇ ਔਖਾ ਹੋ ਜਾਣਾ ਸਾਰੇ ਵਧੀਆ ਜੀ ਜਿੰਨੇ ਵੀ ਆਪਣੇ ਜਾਫੀ ਸਾਰੇ ਇੱਦਾਂ ਦੀ ਕੋਈ ਗੱਲ ਨਹੀਂ ਬਾਕੀ ਕਬੱਡੀ ਖੇਡੀ ਇੱਦਾਂ ਜਿਹੜੇ ਡਰ ਅੱਗੇ ਫਿਰ ਨਹੀਂ ਖੇਡ ਸਕਦੇ ਜੀ ਹਾਂਜੀ ਵਧੀਆ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਸ ਵੇਲੇ ਪੰਜਾਬ ਦੇ ਨੌਜਵਾਨ ਤੁਹਾਡੇ ਵੱਲ ਦੇਖ ਕੇ ਅਗਰ ਤੁਹਾਡੇ ਵਾਂਗੂ ਖੇਡਾਂ ਨੂੰ ਪਿਆਰ ਕਰਨ ਲੱਗਦਾ ਨਹੀਂ ਪੰਜਾਬ ਸੁਧਰ ਸਕਦਾ ਹਾਂਜੀ ਬਸ ਇਹੀ ਕਹਿਣਾ ਚਾਹੁੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਸਾਰੇ ਅਤੇ ਆਪਣੀ ਪ੍ਰੈਕਟਿਸ ਕਰੋ ਅਤੇ ਵਧੀਆ ਆਪਣੀ ਗੇਮ ਖੇਡੋ ਜੀ ਇਹ ਸਨ ਸਾਡੇ ਨਾਲ ਅਰਸ਼ ਚੋਲਾ ਸਾਹਿਬ ਸੋ ਜਿਨ੍ਹਾਂ ਦੇ ਖੇਡ ਮੁਕਾਬਲੇ ਜਿਨ੍ਹਾਂ ਨੇ ਅੱਜ ਭਾਰਤ ਨੂੰ ਬਹੁਤ ਵੱਡੀ ਜਿੱਤ ਦਵਾਈ ਹੈ ਸੋ ਇਹ ਸਾਰੇ ਚਮਕਦੇ ਸਿਤਾਰੇ ਨੇ ਬਹੁਤ ਹੀ ਹੋਣਹਾਰ ਖਿਡਾਰੀ ਨੇ ਸੋ ਇਹਨਾਂ ਸਾਰੇ ਖਿਡਾਰੀਆਂ ਨੇ ਜਿੱਤ ਦਵਾਈ ਹੈ ਭਾਰਤ ਨੂੰ 64 ਅੰਕ ਦੇ ਨਾਲ ਭਾਰਤ ਜਿੱਤਿਆ ਔਰ ਕੈਨੇਡਾ ਨੂੰ ਸਬਰ ਕਰਨਾ ਪਿਆ 19 ਅੰਕਾਂ ਦੇ ਨਾਲ ਬਹੁਤ ਵੱਡੀ ਜਿੱਤ ਸੀ ਸੋ ਇਹ ਖਿਡਾਰੀ ਇੱਕ ਤੋਂ ਇੱਕ ਸੁਲਝਿਆ ਹੋਇਆ ਤਜਰਬੇਕਾਰ ਖਿਡਾਰੀ ਸੀ ਸੋ ਕੈਨੇਡਾ ਦੀ ਟੀਮ ਇਹਨਾਂ ਦੇ ਅੱਗੇ ਇਵੇਂ ਲੱਗ ਰਹੀ ਸੀ ਜਿਵੇਂ ਇਹ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹੋਣ NRI TV ਦੇ ਲਈ ਰਸ਼ਪਾਲ ਸਿੰਘ ਡੇਰਾ ਬਾਬਾ ਨਾਨਕ